ਆ ਜਾਓ ਜੇ ਮੈਗੀ ਖਾਣੀ ਆ ਤਾਂ ਪ੍ਰੀਤ ਜੱਟੀ ਬਣਾਊਗੀ, ਪਤਾ ਨਹੀਂ ਕੀ ਬਣਾਊਗੀ, ਮੈਗੀ ਵਾਲਾ ਹੀ ਹੈ ਵੈਸੇ ਤਾਂ ਇਹ ਕੁਕਿੰਗ ਵਲੌਗ। ਸੋ ਸੱਜ ਕੇ ਸਰਨਗੇ ਤਾਂ ਸਵਾਗਤ ਤੁਹਾਡੇ ਗੱਲਾਂ ਬਾਤਾਂ ਦੇ ਰੋਮਾਂਚਕ ਪ੍ਰੀਤੂ ਜੱਟੀ ਸੀਰੀਜ਼ ਦੇ। ਮੁੰਡਾ ਬਾਣੀਆਂ ਦਾ ਦੱਸ, ਮੁੰਡਾ ਜੱਟਾਂ ਦਾ ਉਹ ਤਾਂ ਨਾਂ ਜੱਟ ਨਾਲ, ਮਗਰ ਇਹ ਬਾਣ ਪਤਾ ਨਹੀਂ ਕਿੰਨਾ ਦੀ ਹੈ, ਪ੍ਰੀਤ ਜੱਟੀ। ਆਓ ਚੱਲ, ਪ੍ਰੀਤ ਜੱਟੀ ਨੂੰ ਜਿਹੜੇ ਜਾਣਦੇ ਆ ਤਾਂ ਠੀਕ ਆ, ਜਿਹੜੇ ਨਹੀਂ ਜਾਣਦੇ ਮੈਂ ਦੱਸਦਾ, ਇਹ ਹੈ ਪ੍ਰੀਤ ਜੱਟੀ। ਇਹ ਸ਼ਾਰਟ ਮੂਵੀ ਬਣਾਉਂਦੀ ਸੀਗੀ, ਇਹਦੀ ਇੱਕ ਦੋ ਸ਼ਾਰਟ ਮੂਵੀ ਵੀ ਤੁਸੀਂ ਵੇਖੀਆਂ ਕਿ ਨਹੀਂ ਵੇਖੀਆਂ, ਮਤਲਬ ਵੀ ਹੈਗੀ ਸੀ ਕੋਈ ਸ਼ਾਰਟ ਮੂਵੀ, ਇਹਨੇ ਪਾਰਟੀ ਕਰਨ ਜਾਣਾ ਸੀ, ਕਹਿੰਦੇ ਮੈਂ ਪਾਰਟੀ ਕਰਨ ਜਾਣਾ ਬਾਹਰ, ਫਿਰ ਇਹ ਚੱਲ ਜਾਂਦੀ ਘਰ ਦਿਆਂ ਨੂੰ ਬਿਨਾਂ ਦੱਸੇ, ਐਂ ਜੀ ਕੋਈ ਸੀਗੀ, ਨਹੀਂ ਪਤਾ ਤੁਹਾਨੂੰ, ਵੇਖਿਓ ਤੁਸੀਂ ਇਹਦੇ ਚੈਨਲ 'ਤੇ ਪਈ ਆ ਇੱਥੇ। ਫਿਰ ਇਹਦੇ ਵਲੋਗ ਆਏ, ਹੁਣ ਵਲੋਗਰ ਬਣ ਗਈ, ਕੁਕਿੰਗ ਵਲੋਗ ਆ ਗਿਆ ਇਹਦਾ, ਇਹਦਾ ਹਿਮਾਨੀ ਦਾ, ਏਂਜਲ ਦਾ, ਤੇਰਾ ਭਲਾ ਹੋ ਜੇ, ਸਾਰੇ ਕੁਕਿੰਗ ਚੈਨਲ ਖੋਲ੍ਹੀ ਖੜ੍ਹੇ ਆ। ਮੈਂ ਵੀ ਖੋਲ੍ਹਣਾ, ਜੋ ਕੁਛ ਬਣਾਇਆ ਕਰਨਗੇ ਸਾਰੇ ਉੱਤੇ ਮੈਂ ਧੋਖਦਾ ਧੋਖਦਾ ਤੇਲ ਪਾ ਦਿਆ ਕਰਨਾ। ਆਓ ਸ਼ੁਰੂ ਕਰੀਏ ਅਤੇ ਵੇਖੀਏ ਪ੍ਰੀਤ ਜੱਟੀ ਦਾ ਫਿਰ ਕੁਕਿੰਗ ਵਲੋਗ ਅੰਨੀ ਦਿਨ। ਹਾਂ ਚਲੋ, ਵੈਲਕਮ ਟੂ ਮੈਂ ਨਿਊ ਪੜਦੇ ਖੁੱਲੇ ਜਾਦੂਗਰ ਸਮਰਾਟ ਮੰਗਲ ਤਾਰਾ ਦੀ ਛੋਟੀ ਭੈਣ। ਚਲ ਹੈਲੋ ਗਾਇਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਮਾਈ ਨਿਊ ਵਲੌਗ। ਨਹੀਂ ਇਹ ਤੁਸੀਂ ਮੈਨੂੰ ਦੱਸੋ ਕਮੈਂਟਾਂ 'ਚ, ਇਹ ਬਾਹਰੋਂ ਬਾਹਰੋਂ ਆਈ ਹੈ ਕਿਤੋਂ ਕਿ ਇੱਥੋਂ ਪਿੰਡ ਦੀ ਹੋਈ ਆ? ਹੈਲੋ ਗਾਇਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਮਾਈ ਨਿਊ ਵਲੌਗ। ਇੰਨਾ ਤਾਂ ਅਮਰੀਕਾ ਵਾਲੇ ਵੀ ਨਹੀਂ ਪੰਜਾਬੀ ਬੋਲਦੀਆਂ ਜਿਵੇਂ ਤੂੰ ਤਿਲਕ ਜਾਂਦੀ ਆ, ਜਿੱਦਾਂ ਤੁਹਾਨੂੰ ਪਤਾ ਹੀ ਆ ਜਿੱਦਾਂ ਕਿਤੇ ਠੀਕ ਹੀ ਆ। ਤੂੰ ਇੱਥੇ ਰਹਿੰਦਾ ਆ, ਤੂੰ ਬਾਹਰੋਂ ਆਈ ਆ, ਕੀ ਮੰਗਦੀ ਆ? ਖੜੀ ਵੇਖ ਤੇ ਤਲੀ ਪ੍ਰੀਤ ਨਾ ਆਵੇ। ਚੱਲ ਅੱਛਾ, ਅੱਗੇ ਬੜਾ ਤੁਸੀਂ ਝੋਨਾ ਲਾਉਣ ਜਾਂਦੇ ਹੋ, ਦਸ ਕਮਾਲ ਹੋ ਗਈ, ਫ੍ਰੀ ਬੈਠੇ ਹੁੰਦੇ ਰੋਜ਼, ਵਲੋਗ ਵਲੂਗ ਪਾਇਆ ਕਰ ਡੇਲੀ, ਕਦੋਂ ਦਾ ਤੇਰਾ ਹੋਮ ਟੂਰ ਆਇਆ, ਉਦੋਂ ਬਾਅਦ ਤੂੰ ਕਿੱਥੇ ਹੁੰਦੇ ਹੋ ਤੁਸੀਂ, ਕੀ ਕੰਮ ਕਰਦੇ ਹੋ ਤੁਸੀਂ ਪ੍ਰੀਤੋ, ਜਿਹੜਾ ਤੁਸੀਂ ਬਿਜ਼ੀ ਹੁੰਦੇ ਹੋ? ਅੱਜ ਅਸੀਂ ਬੈਠੇ ਸੀਗੇ ਫ੍ਰੀ, ਮੈਂ ਸੋਚਿਆ ਕੁਕਿੰਗ ਵਲੋਗ ਹੀ ਬਣਾ ਲਿਆ, ਬਾਕੀ ਟਾਈਮ ਕੀ ਕਰਦੇ ਹੋ? ਚੱਲ ਆਪਾਂ ਵਲੋਗ ਤੇ ਵਲੋਗ ਦੇ ਵਿੱਚ ਕੁਝ ਖਾਣ ਵਾਸਤੇ ਬਣਾਵਾਂਗੇ। ਅੱਛਾ, ਮੈਂ ਦਿਖਾਉਂਗਾ ਮੈਗੀ, ਵਲੋਗ ਚਾਹੀਦਾ। ਹਾਂ ਠੀਕ ਹੈ, ਮੈਂ ਖਾਊਂਗਾ ਮੈਗੀ ਅੰਨੀ ਰਿਹਾ, ਤੂੰ ਕੋਈ ਪਰੌਂਠੇ ਪਰੌਂਠੇ ਖਾਇਆ ਕਰ, ਜੱਟਾਂ ਦਾ ਮੁੰਡਾ, ਮੈਗੀ ਖਾਊਂਗਾ। ਇਹਨਾਂ ਨੇ ਬਣਾਉਣੀ ਖਾਣੀ ਆ ਮੈਗੀ। ਅੱਛਾ, ਮੈਂ ਮੈਗੀ ਤੇ ਨਹੀਂ ਖਾਣੀ, ਸੋ ਮੈਂ ਬਣਾਉਂਗੀ ਪਾਪੜ। ਚੱਲ ਪਾਪੜ। ਹਾਂਜੀ, ਤੇ ਹੁਣ ਆਪਾਂ ਆ ਗਏ ਆ ਕਿਚਨ 'ਚ ਕੁਛ ਬਣਾਉਣ ਵਾਸਤੇ, ਨਾਲੇ ਤੁਹਾਨੂੰ ਦਿਖਾਉਣ ਵਾਸਤੇ, ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਤੁਹਾਨੂੰ ਪਿਛਲੇ ਵਲੌਗ 'ਚ ਵੀ ਦੱਸ, ਕਿਵੇਂ ਵੀਡੀਓ ਬਣਾਈ ਜਾਂਦੇ ਹੋ, ਅੰਨੀ ਦਾ ਆਪ ਆਉਂਦਾ ਵਲੌਗ 'ਚ, ਤੂੰ ਇਕੱਲੀ ਨਾ ਜੀ, ਤੇਰਾ ਲੋਕ ਮਿਸ ਯੂਜ਼ ਕਰ ਲੈਂਦੇ ਆ, ਮੈਂ ਵਿੱਚ ਹੀ ਰਹਾਂਗਾ ਤਾਂ ਕਿ ਪਤਾ ਲੱਗੇ ਮੇਰੇ ਨਾਲ ਬਣੀ ਹੋਈ ਵੀਡੀਓ ਇਹ। ਦੱਸ ਲ, ਪਾਪੜ ਬਣਾਉਂਗੀ, ਜਾਂ ਤਾਂ ਹੋਵੇ ਨਾ ਪਾਪੜ ਨੂੰ ਵੇਲ ਕੇ ਵਧੀਆ ਬਣਾ ਕੇ, ਪਹਿਲਾਂ ਧੁੱਪੇ ਸੁਕਾ ਕੇ, ਫਿਰ ਉਦੋਂ ਬਾਅਦ ਤਲੋ, ਬਣਾਇਆ ਬਣਾਇਆ ਪਾਪੜ, ਆਉਂਦਾ ਉਹਨੂੰ ਗੈਸ 'ਤੇ ਗਰਮ ਕੀਤਾ, ਪਾਪੜ ਬਣ ਜਾਂਦਾ। ਇਹ ਕਿਹੜੀ ਕੁਕਿੰਗ ਵਲੌਗ ਹੋ ਗਈ, ਭੋਰੂ ਵਲੌਗ ਹੋਇਆ, ਨਿੱਕਾ ਜਵਾ ਕੇ ਪਾਪੜ ਬਣਾ ਲਏ, ਇਹ ਕਰਨਗੇ ਕਵਿਤਾ ਕਿਚਨ ਨੂੰ ਫੇਲ। ਚੱਲ ਇੱਕ ਤਾਂ ਦੋ ਰਸੋਈਆਂ ਦੇ ਹੱਲ, ਉੱਪਰ ਕੁਛ ਬਣਾ ਰਹੇ ਅੱਲ ਅੰਨੀ ਦੇ, ਉਹ ਗੈਸ 'ਤੇ ਤੁਸੀਂ ਐਂ ਬਾਲਦੇ ਜਿਵੇਂ ਬਾਦਲਾਂ ਦੀ ਕੋਠੀ ਦਾ ਮੂਰਤ ਕੀਤਾ ਹੁੰਦਾ। ਅੱਲ ਆਹ ਕੌਣ ਅੰਨੀ ਦਾ ਸਲਫ 'ਤੇ ਚੜ੍ਹ ਕੇ ਕੈਮਰਾ ਲੈ ਕੇ ਖੜਾ? ਆਹ ਠੀਕ ਆਉਂਦਾ ਦੀਦੀ, ਉੱਤੋਂ ਦੀ ਐਂਗਲ, ਹਾਂ ਉੱਤੋਂ ਦੀ ਸਾਰਾ ਕੁਛ ਵਿਖੇਗਾ ਵੀ ਕੜਾਹੀ 'ਚ ਕੀ ਪਾਉਂਦੇ ਕੀ ਹੁਣ। ਚੱਲ ਅੱਲ ਗੈਸ ਹੀ ਮਸਾ ਬਲਿਆ ਇਹਦੇ ਕੋਲੋਂ। ਦੱਸ, ਪਹਿਲੀ ਕੁੜੀ ਵੇਖੀ ਹੈ ਮੈਂ ਵੈਸੇ ਤਾਂ, ਮੈਨੂੰ ਨਹੀਂ ਪਤਾ, ਪਰ ਮੈਂ ਪਹਿਲਾ ਗੈਸ ਵੇਖਿਆ ਜਿਹੜਾ ਮੂਹਰੇ ਪਿਆ, ਬਾਕੀਆਂ ਸਾਰਾ ਕੰਧ ਨਾਲ ਲੱਗੇ ਹੁੰਦੇ, ਮੂਹਰੇ ਥਾਂ ਹੁੰਦੀ ਰੱਖਣ ਨੂੰ, ਇਹਨੇ ਪਿੱਛੇ ਥਾਂ ਬਣਾਈ ਰੱਖਣ ਨੂੰ। ਅੰਨੀ ਦੇ ਕੋਈ ਢਾਂਬੇ 'ਚ ਉੱਬਲਦਾ ਹੋਵੇ, ਭਾਂਡੇ 'ਚ ਕੋਈ ਚੱਕਣ ਲੱਗੇ, ਉਹੀ ਤੁਸੀਂ ਬਾਂਹ ਗਰਮ ਕਰਾ ਲਓ। ਹਾਂ ਅੱਲ, ਪਹਿਲਾਂ ਤੇਲ ਪਾ ਲਿਆ ਕੜਾਹੀ 'ਚ, ਸੀ ਅੱਛਾ ਉਹਨੂੰ ਪੁੱਛੀ ਜਾਂਦੀ ਕਿੰਨਾ ਕੁ ਟਾਈਮ ਲੱਗੂ, ਉਹ ਕੀ ਪਾਪੜ ਤਲਦਾ ਰਿਹਾ ਬਾਜ਼ਾਰਾਂ 'ਚ? ਦੱਸ ਲ ਯਾਰ, ਕੰਮ ਸਮਝ ਨਹੀਂ ਆਉਂਦੀ, ਵਿਆਹ ਕਿਵੇਂ ਹੋ ਜਾਂਦੇ ਇਹਨਾਂ ਦੇ, ਕੀ ਚੱਕਰ ਦੇ ਤੁਹਾਡੇ ਆਈਲੈਟਸ 'ਚੋਂ ਬੈਂਡ?
ਇਹ ਤਾਂ ਕੁਛ ਹੋਰ ਚੈੱਕ ਹੋਇਆ, ਚਲੋ ਠੀਕ ਹੈ ਮੈਂ ਗੱਲ ਕਰਦਾ, ਇੱਦਾਂ ਵਿਆਹ ਹੋ ਜਾਂਦੇ ਨਾ ਕੁੜੀਆਂ ਦੇ ਜਿਵੇਂ। ਨਹੀਂ ਨਹੀਂ ਕੋਈ ਗੱਲ ਨਹੀਂ, ਸਿੱਖ ਲੈਗੀ ਬਣਾਉਣਾ, ਸਾਰੀ ਉਮਰ ਹੀ ਪਈ ਹੈ ਸਿੱਖਣ। ਮੇਰੇ ਮੰਮਾ ਨੇ ਨਹੀਂ ਸਿਖਾਇਆ ਮੈਨੂੰ ਬਣਾਉਣਾ, ਮੇਰੇ ਮੰਮਾ ਕਹਿੰਦੇ ਸੀ ਸਾਰੀ ਉਮਰ ਵਿਆਹ ਤੋਂ ਬਾਅਦ ਰਸੋਈਆਂ 'ਚ ਕੰਮ ਕਰਨਾ, ਤੂੰ ਆਪਦੇ ਪੇ ਸਹੁਰੇ ਘਰ ਜਾ ਕੇ ਸਿੱਖੀ, ਇੱਥੇ ਕੀ ਸਿੱਖਣਾ। ਚੱਲ ਉੱਥੇ ਜਾ ਕੇ ਗਾਲਾਂ ਖਾਂਦੀ ਹੈ ਫਿਰ, ਸਿੱਖ ਕੇ ਜਾਇਆ ਕਰੋ ਸਾਰਾ ਕੁਛ, ਦਸ ਕਮਾਲ ਹੋ ਗਈ। ਇਹ ਨਹੀਂ ਕਹਿੰਦਾ ਕੁੜੀ ਮੁੰਡਿਆਂ ਨੂੰ ਵੀ ਆਉਣਾ ਚਾਹੀਦਾ, ਮੰਨ ਲਓ ਕੱਲ੍ਹ ਨੂੰ ਤੁਹਾਡੀ ਘਰਵਾਲੀ ਬਿਮਾਰ ਹੋ ਜਾਵੇ, ਫਿਰ ਕੀ ਕਰੋਗੇ ਤੁਸੀਂ? ਪੰਜਾਬ 'ਚ ਇਕੱਲਾ ਛੇਵੀਂ ਵੀ ਥੋੜ੍ਹੀ ਜਿਹੜੀ ਰੋਟੀ ਪਾਣੀ ਬਣਾ ਸਕਦਾ, ਹੋਰ ਬਥੇਰੀ ਦੁਨੀਆ। ਚੱਲ ਬਾਹਰ ਭੇਜ ਲਿਆ ਰਸੋਈ ਦਾ ਵੀ, ਇਹਨਾਂ ਨੇ ਅੰਨੀ ਦੇਣੇ, ਤੁਸੀਂ ਅੱਗ ਨਾ ਲਾ ਦਿਓ ਇਹਦੇ 'ਚ ਰਸੋਈ 'ਚ, ਕਿਤੇ ਦੱਸ ਲੈ ਬਾਹਰ ਭੇਟਣ ਨੂੰ ਕੀ, ਰਸੋਈ ਦਾ ਵੀ ਬਾਹਰ ਭੇੜੀ ਖੜੇ, ਹਾਏ ਉਹ ਰੱਬ ਮੇਰੇ ਆ, ਇੱਕ ਤਾਂ ਨਾ। ਚੱਲ ਇਹ ਭੁਰੀ ਜਾਂਦੇ ਹੋ, ਆਹ ਕੀ ਕਰੀ ਜਾਂਦੀ, ਹੱਸਣਾ ਵੀ ਪੈਂਦਾ ਕੁਕਿੰਗ ਬਣਾਉਣ ਲੱਗੇ ਪਹਿਲਾਂ। ਸਹੀ ਸਹੀ ਦੱਸ ਰੈਸਪੀਆਂ ਕੀ ਹੈ, ਦੰਦ ਕੱਢੀ ਜਾਂਦੀ ਹੈ, ਦੱਸ ਲੈ ਇਹ ਜ਼ਰੂਰੀ ਹੈ ਹੱਸਣਾ, ਖੁਸ਼ਬੂ ਆ ਗਈ ਹਾਸੇ ਦੀ। ਅੰਨੀ ਦੇ ਕੁੱਸਾ ਹੋਇਆ ਅਜੇ, ਉਹ ਅਲਮਸ ਹੋਈ ਗਿਆ ਥੋੜ੍ਹਾ ਜਿਹਾ, ਉਂਗਲਾ ਬਾਕੀ ਵੇਖਾ ਉਹਦੀ ਵਿੱਚ ਸੜਦਾ ਕੀ। ਚੱਲ ਉਰੀ ਜਾਂਦੀ ਹੈ ਫਿਰ, ਸਮਝ ਨਹੀਂ ਆਉਂਦੀ ਕੀ ਹੈ। ਪੱਖਾ ਵੇਖ ਲਾ ਅੰਨੀ ਦੇ, ਚਾਰਜਿੰਗ ਵਾਲਾ ਦੱਸ ਲਏ, ਆਹ ਤਾਂ ਮੇਕਅਪ ਆਰਟਿਸਟ ਦੇ ਕੋਲੇ ਨਹੀਂ ਹੁੰਦਾ ਪੱਖਾ। ਉੱਤੇ ਖੜੇ ਵੇਖੀ ਜਾਂਦੇ ਜਿਵੇਂ ਆਪਰੇਸ਼ਨ ਹੋਇਆ ਹੁੰਦਾ ਮਜਰੀ ਦਾ, ਪਾ ਦੇ ਪਾਪੜ। ਉਹ ਭਰਾਵਾ ਇਹ ਗੈਸ 'ਤੇ ਨਹੀਂ ਹੁੰਦੇ ਪਾਪੜ, ਤਲੀ ਦੇ ਹੁੰਦੇ ਆ, ਮੇਰੇ ਹਿਸਾਬ ਨਾਲ ਗੈਸ 'ਤੇ ਵੀ ਬਣ ਜਾਂਦੇ ਆ। ਚੱਲ ਜੇ ਤੋਏ ਰੱਬਾ ਮੇਰੇ, ਇਹ ਵੀ ਤੇਲ ਇੰਨਾ ਖਾਂਦੇ ਆ, ਥੋੜ੍ਹਾ ਜਿਹਾ ਸਿੱਟ ਕੇ ਵੇਖ ਲਾ ਛੋਟਾ ਜਿਹਾ, ਤੈਨੂੰ ਉਦਾਂ ਪਤਾ ਲੱਗੂ ਤੇਲ ਗਰਮ ਹੋਇਆ ਕਿ ਨਹੀਂ। ਸਿੱਧੇ ਡਾਹ ਤਾ ਵਿੱਚ, ਆਹ ਕੀ ਕੋਲੇ ਅਸੀਂ ਖੜਨ ਨੂੰ ਆਈ ਆ, ਇਹਦਾ ਕੰਮ ਕੀ ਸਵੈਟਰ ਬੁਣਨਾ। ਚੱਲ ਹੁਣ ਇਹਨਾਂ ਨੂੰ ਥੱਲਣ ਨੂੰ ਨਹੀਂ ਕੁਛ ਲੱਭਣਾ, ਆ ਲੈ ਚੱਲ ਥੱਲੇ ਨਹੀਂ ਜਾਣਾ ਇਹਦੇ ਕੋਲੋਂ, ਲਿਖਾ ਲਓ ਮੇਰੇ ਤੋਂ, ਲੈ ਬਸ ਕੌੜੀ ਹੈ ਇਹਦੇ ਤੋਂ ਨਹੀਂ ਥੱਲੇ ਜਾਣਾ ਚਾਹੀ ਤੇਰਾ, ਲੈ ਹੱਲ ਇਹ ਹੱਲ, ਤੇਲ ਉੱਤੇ ਸਿੱਟੂਗਾ, ਹੱਲ ਸੜ ਗਿਆ ਤੁਸੀਂ ਰੋਪਲ ਆਹੋ ਜੀ। ਕੀ ਸਿੱਖਿਆ ਕੁਕਿੰਗ ਵਲੋਗ 'ਚ ਤੁਸੀਂ? ਇਹ ਅੱਗ ਲਾਉਣਗੇ ਤੁਹਾਡੇ ਘਰ ਨੂੰ ਵੀ, ਆਪਦੇ ਨੂੰ ਤਾਂ ਲਾ ਦੇਣੀ, ਇਹਨਾਂ ਨੇ ਰਸੋਈ ਦਾ ਬਹੁਤ ਭੇੜੀ ਖੜਿਆ। ਇਹ ਬੋਲੀ ਜਾਂਦਾ ਇੱਕ ਤਾਂ ਆਵਾਜ਼ ਹੀ ਬੜੀ ਗੂੰਜਦੀ ਆ, ਅੱਲੇ ਅੱਲੇ ਇਹੋ ਜਿਹੇ ਤਾਂ ਭਰਾਵਾ ਬੱਸ ਸਟੈਂਡ 'ਤੇ ਵੀ ਨਹੀਂ ਮਿਲਦੇ, ਉੱਥੇ ਵਧੀਆ ਪਏ ਹੁੰਦੇ ਆ। ਮਤਲਬ ਕਈ ਹੁੰਦਾ ਨਾ ਬੱਸ ਸਟੈਂਡ 'ਤੇ, ਜਦੋਂ ਪਾਪੜ ਬੰਦਾ ਤੇਲ ਕਾਲਾ ਹੋ ਜਾਂਦਾ, ਭਾਈ ਕਹਿੰਦਾ ਐਂਡ 'ਤੇ ਇੱਕ ਪਾਪੜ ਕੱਢ ਕੇ ਰੱਖ ਦਿੰਦੇ ਆ, ਮੰਗਣ ਵਾਲਾ ਆਇਆ ਜਾਂ ਕੋਈ ਆਇਆ ਉਹਨੂੰ ਫੜਾ ਦਾਂਗੇ ਵੀ, ਉੱਦਾਂ ਹੀ ਚੱਲ ਰੱਖ ਦਿੰਦੇ ਕੱਢ ਕੇ, ਮਾੜੇ ਨਹੀਂ ਆਖਦਾ ਮੈਂ, ਕਾਲਾ ਹੀ ਹੁੰਦਾ ਜਿਹੜਾ ਪਾਪੜ। ਮੂੰਹ 'ਚ ਮੇਰੇ ਤਾਂ ਪਾਣੀ ਨਹੀਂ ਆਇਆ, ਹੋਰ ਹੀ ਕੁਛ ਆ ਗਿਆ, ਵੱਤ ਆ ਗਿਆ ਪਾਪੜ ਵੇਖ ਕੇ ਤੇਰਾ। ਅੱਲ ਆਈਫੋਨ ਅੱਡਾ ਦੀ ਵਿੱਚ ਅੰਨੀ ਦਿਆ, ਇਹੋ ਜਿਹੇ ਐਡੇ ਪਾਪੜ ਚੱਲਣੇ, ਦੋ ਟੋਟੇ ਕਰਕੇ ਤਲ ਲਿਆ ਕਰੋ, ਖਾਊਂਗੇ ਵੀ ਤੋੜ ਤੋੜ ਕੇ ਹੀ, ਪੂਰੇ ਐਡਾ ਹੀ ਜਾਂਦਾ। ਚੱਲ ਆਹ ਕੀ ਆ, ਆ ਕੀ ਕਰੀ ਜਾਂਦਾ ਤੂੰ, ਕੁਕਿੰਗ ਵਲੋਗਾ ਤੇਰਾ ਭਲਾ ਹੋ ਜੇ ਬੂਆ, ਕਾਹਤੋਂ ਬੰਦ ਕਰੀ ਖੜੇ ਦੱਸ ਲੈ। ਚੱਲ ਬਾਹਰ ਕੀ ਬੇਬੇ ਨੂੰ ਜਿੱਤੇ ਗਏ ਦਵਾਵਾਂ ਬਣ ਗਿਆ, ਕਿਹੜਾ ਸਮਝ ਤਾਂ ਆਉਂਦੀ ਨਹੀਂ ਕੀ ਬੋਲਦੇ ਆ।
ਬਸ ਪਤਾ ਕੀ ਕਰਨਾ ਸੀ? ਆਹ ਕੀ ਆ, ਘਾਹ ਕੱਟਣ ਵਾਲੇ ਆਏ ਨਾ ਤਾਂ ਕਰਕੇ। ਸਵੇਰ ਦਾ ਸਾਰੀ ਘਾਹ ਵੱਢ ਤੇ ਥੱਲੇ ਰੱਖ ਲਾ, ਹਵਾ ਨੇ ਡਾਈ ਜਾਂਦਾ, ਬੁੱਕਰ ਮਾਰ ਲਾ ਭਰਾਵਾ, ਇੱਥੇ ਡਿਸਟਰਬ ਕਰੀ ਜਾਂਦਾ। ਹੱਲ ਇਹ ਅੱਡ ਦਾ ਸਵਾਦ ਲੈਂਦਾ। ਇਹ ਐਂ ਪਾਪੜ ਡਾਇਆ ਤੂੰ ਵਿੱਚ, ਤੂੰ ਉੱਤੇ ਹੱਥ ਰੱਖਣਾ ਸੀ, ਐਂ ਨੱਪਣਾ ਸੀ ਉਹਨੂੰ, ਫਿਰ ਐਂ ਹੱਥ ਨਾਲ ਥੱਲ ਕੇ ਵੇਖ, ਫਿਰ ਵੇਖੀ ਵਧੀਆ ਬੰਦਾ ਕੁਕਿੰਗ ਵਲੋਗ ਕਿ ਨਹੀਂ ਬੰਦਾ। ਹੱਲ ਪਾਪੜ ਹੀ ਮੁੜ ਜਾਂਦਾ, ਉਹ ਵੀ ਸੰਗ ਕਰਦਾ ਇਹਨਾਂ ਕੱਲਿਆਂ ਨੂੰ ਰਸੋਈ। ਹੱਲ ਅੰਨੀ ਦੇ ਬ੍ਰੈਡ ਰੋਲ ਬਣਾਈ ਜਾਂਦਾ। ਤਿੰਨ ਪਾਪੜ ਕੱਢ ਲਏ ਤੇ ਉਦੋਂ ਬਾਅਦ ਹੁਣ ਤੀਜੇ ਚ ਫੜ ਲਿਆ ਖਰਚਾ। ਬਸ ਸਾਰੇ ਪਿੰਡ ਦੇ ਕੱਢਣੇ ਆ। ਅੱਧਾ ਤੇਲ ਤਾਂ ਪਲੇਟ ਚਲ ਗਿਆ, ਅੰਨੀ ਦਾ ਪਾਪੜ ਕੱਟ, ਰੁਮਾਲੀ ਰੋਟੀਆਂ ਜ਼ਿਆਦਾ ਤਿਆਰ ਕਰੀ ਜਾਂਦਾ। ਕੀ ਕਰੀ ਜਾਂਦਾ ਭਰਾਵਾ ਤੂੰ ਯਾਰ, ਇੱਕ ਤਾਂ ਸਮਝ ਨਹੀਂ ਆਉਂਦਾ, ਸਾਰੇ ਸਾਰੇ ਕੁੱਕ ਬਣੇ ਖੜੇ ਆ। ਮੈਂ ਵੀ ਕੁਕਿੰਗ ਚੈਨਲ ਸ਼ੁਰੂ ਕਰ ਦੇਣਾ, ਬਸ ਵੇਖੀ ਜਾਏ ਹੁਣ ਵਧੀਆ। ਹੱਲ ਮਸੰਜਰ ਦੇ ਮੈਸੇਜ ਆ ਗਿਆ ਮੈਨੂੰ ਕਵਿਤਾ ਕਿਚਨ ਦਾ, ਭਾਅ ਜੀ ਕੋਲੀਆਂ ਮੇਰੇ ਕੋਲ ਲੈ ਜਾਓ। ਸ਼ੁਕਰ ਹੈ ਪਹਿਲਾਂ ਪਾਪੜ ਸਿੱਧਾ ਕੱਢਿਆ, ਨਾਲੇ ਦੂਜੀ ਗੱਲ ਕੁਕਿੰਗ ਵਲੋਗ ਬਣਾਉਣਾ, ਨੋਰਮਲ ਕੱਪੜੇ ਪਾ ਲਓ, ਤਿਆਰ ਛਿਰ ਹੋ ਕੇ ਆ ਗਈਆਂ, ਦੱਸ ਵਾਲ ਖੁੱਲ੍ਹੇ ਛੱਡੇ ਹੋਏ, ਜਾਗੋ ਤੇ ਆਈ ਕਿ ਕੁੱਕ ਰਸੋਈ 'ਚ ਆਈ ਆ, ਤੂੰ ਆ ਵੇਖ ਪੇੜੇ ਕੀ ਚੱਕਰ ਹੈ। ਹੁਣ ਖੁੱਲਿਆ ਬੂਹਾ ਸਾਰੀ ਰਸੋਈ, ਮੈਗੀ ਅੰਨੀ ਦੇ ਅੱਗ ਨਾਲ ਲਾਲੀ, ਕਾਲੋ ਕਾਲੀ ਚੱਕੀ ਨਾ ਫੋਨ ਹੱਥ 'ਚ ਫੜ ਕੇ, ਤੇਲ ਉੱਤੇ ਨਾ ਡੋਲ ਦੇ ਆਪਦੇ ਜੋ ਚੱਲ ਉਹ ਪੂਰਾ ਭਲਾ ਹੋ ਜਾਵੇ। ਆਹ ਕੀ ਕਰਦਾ ਇਹ, ਤਾਂ ਮੈਨੂੰ ਲੱਗਦਾ ਇਹਨੇ ਹੋਟਲ ਮੈਨੇਜਮੈਂਟ ਕੀਤੀ ਹੋਈ ਆ, ਅੰਨੀ ਦਾ ਭੋਰੀ ਜਾਂਦਾ। ਪਟਾਕਾ ਨਾ ਮਾਰ ਦੇ ਤੇਲ ਤੂ ਲੈ, ਮੈਂ ਪਾਣੀ ਵਾਲੇ ਟੋਪੀ ਚ ਪਾਤਾ ਮੈਂ ਤੇਲ, ਹਾਏ ਹਾਏ ਕਾਹਤੋਂ ਪਾਇਆ। ਪਾਪੜ ਵੀ ਗਏ ਬਣ ਤੇ ਪਲਾਸੇ ਵੀ ਪੈ ਗਏ, ਖਾ ਲਓ ਪਾਪੜ। ਮੈਂ ਕਿਹਾ ਨਾ ਖਾ ਲਓ, ਹੁਣ ਤੂੰ ਜੇਬ ਚ ਪਾ ਲਾ, ਪਾਣੀ ਪਾ ਕੇ ਗਰਮ ਦਿੱਤਾ। ਆ ਕਦੇ ਵੀ ਨਹੀਂ ਕਰਨਾ ਚਾਹੀਦਾ ਇਹ, ਤੂੰ ਮੱਚ ਅਪ ਸ਼ਗਨ ਕਰਦਾ ਤਾਂ ਨਹੀਂ ਦਾ, ਕਈ ਤਵਾ ਗਰਮ ਕਰਕੇ ਪਾਣੀ ਥੱਲੇ ਕਰੀ ਜਾਣ, ਆਵਾਜ਼ ਆਉਂਦੀ ਹੁੰਦੀ ਨਾ। ਚੱਲ ਚੱਲ ਤੂੰ ਭਾਂਡੇ ਤਾਂ ਮਾਜ ਲੈਂਦੀ ਹੈ, ਹੋਰ ਕੀ ਐਡਾ ਵੀ ਟੋਪ ਹੈ ਨੀ, ਵੇਖ ਵੇਖ ਕੇ ਮਾਂਜੀ ਇੰਨੀ ਹੈ। ਚੱਲ The water tank is full. Please switch on the water tank. ਜਾ ਪਾਣੀ ਦੀ ਟੈਂਕੀ ਭਰੀ ਪਈ ਹੈ, ਡੋਲਾ ਤੋਂ ਲੱਗ ਬਣਿਆ ਹੈ। ਵੱਡਾ ਦੇ ਚੋਕਰਾ ਭਰਾਵਾ ਭਾਂਡੇ ਤਾਂ ਸਾਫ਼ ਕਰਦੀ ਹੈ, ਇਹ ਦੇਣੇ ਕਹਿਣਾ ਤੂੰ ਤੂੰ ਬਣਾਏ ਪਾਪੜ ਤੂੰ ਹੀ ਸਾਫ਼ ਕਰ। ਇੰਨਾ ਔਖਾ ਇੱਕ ਇੱਕ ਕੜਾਹੀ ਮਾਂਜਣੀ, ਉੱਤੇ ਖੜਾ ਉਹਦੇ ਜਵਾਕੜੀ ਥੋੜ੍ਹੀ ਆ, ਮੰਨਿਆ ਨਿੱਬੀ ਆ ਰੀਲਾਂ ਵਾਲੀ।
ਹੁਣ ਆਪਦੇ ਵਾਲਾਂ ਨਾਲ ਪੁੰਝਦੇ। ਅੱਛਾ ਇਹਦੇ ਚ ਬਣੂਗੀ ਮੈਗੀ। ਚਲੋ ਹੁਣ ਮੈਗੀ ਬੰਦ ਕਰ ਦੋ, ਟੈਂਕੀ ਨਾ ਟੁੱਟ ਜੇ ਕਿਤੇ ਪਾਣੀ ਵਾਲੀ। ਆਵਾਜ਼ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ। ਆਹੀ ਫਿਰ ਮਨ ਇਹਨੂੰ ਮੈਗੀ ਚ ਪਾਣੀ ਵੀ ਨਹੀਂ ਪਤਾ ਕਿੰਨਾ ਪੈਂਦਾ। ਪ੍ਰੀਤ ਜੱਟੀ ਨੀ ਪ੍ਰੀਤ। ਚਲੋ ਖਾ ਪੀ ਲਓ, ਖਾਂਦੇ ਪੀਂਦੇ ਵੇਖਦੇ ਹੋ ਨਾ। ਖਾ ਲਾ ਖਾ ਲਾ। ਉਹ ਭਰਾਵਾ ਵਾਰੰਟੀ ਬੁਲਾਈ ਜਾਂਦੀ, ਪਾਣੀ ਟੈਂਕੀ ਭਰ ਗਈ, ਬੰਦ ਕਰਿਆ ਬਟਨ। ਕਿਹੋ ਜਿਹਾ ਇਹ ਬਣਾਵਾਂਗੀ ਗੁਰਜਿੰਦਰ ਲਈ ਸਿੰਪਲ ਪਾਣੀ ਵਾਲੀ ਮੈਗੀ, ਕਿਉਂਕਿ ਇਹ ਤੜਕੇ ਵਾਲੀ ਮੈਗੀ ਨਹੀਂ ਖਾਂਦੇ। ਚਲੋ ਤੇ ਤੁਹਾਨੂੰ ਬਣਾਉਣੀ ਵੀ ਨਹੀਂ ਆਉਂਦੀ, ਤੜਕੇ ਵਾਲੀ ਮੈਗੀ ਨਹੀਂ ਖਾਂਦੇ ਕਿਉਂਕਿ ਗੰਡਾ ਕੱਟਣਾ ਪਏਗਾ ਕੱਦ ਤੇ। ਗੰਡਾ ਗੰਡਾ ਕੱਟਣ ਤਾਂ ਹੈਗਾ, ਸਭ ਕੁਛ ਹੈਗਾ, ਪਰ ਕੱਟਣਾ ਗੰਡਾ ਔਖਾ। ਜੇ ਮੈਂ ਗੰਡਾ ਕੱਟੂੰ ਮੇਰੀ ਬੇਜਾਈ ਹੋ ਜੂਗੀ। ਪਾਣੀ ਵਾਲੀ ਉੱਦਾਂ ਹੀ ਮੈਗੀ ਚੱਬ ਕੇ ਉੱਤੋਂ ਗਰਮ ਪਾਣੀ ਪੀ ਲਾ। ਮਸਾਲਾ ਨੱਕ ਥਾਣੀ ਖਿੱਚ ਲਈ, ਸਾਰੇ ਮੈਗੀਆਂ ਦੇ ਪੀਰ ਇੱਥੇ। ਚੱਲ ਆਹ ਕੰਮ ਸੌਖਾ, ਮੈਗੀ ਕੱਢਣ ਵਾਲਾ ਪੈਕਟ ਚੋਂ। ਬਸ ਇੱਕ ਪੈਕਟ ਹੀ ਬਣਾਊਗਾ ਤੇਰਾ ਭਲਾ ਹੋ ਰੱਜ ਜਾਂਦਾ ਇੱਕ ਪੈਕਟ ਨਾਲ। ਮੈਂ ਹੁਣ ਐਵੇਂ ਝੂਠ ਕੇ ਮਾਰਾਂ, ਮੈਂ ਥੋੜ੍ਹੇ ਦਿਨ ਪਹਿਲਾਂ ਮੈਂ ਵੀ ਖਾਧੀ ਮੈਗੀ, ਕੋਈ ਵੱਡੀ ਗੱਲ ਨਹੀਂ, ਮਹੀਨੇ ਜੇ ਕਦਰੀ ਖਾ ਲਿਆ ਕਰੋ। ਪਰ ਜਦੋਂ ਮੈਂ ਪਹਿਲਾਂ ਆਪ ਬਣਾਉਂਦਾ ਸੀ ਨਾ ਮੈਗੀ ਖਾਂਦਾ ਹੁੰਦਾ, ਦੋ ਦੋ ਤਿੰਨ ਤਿੰਨ ਪੈਕਟ ਖਾਂਦਾ ਸੀ, ਮੈਂ ਦੋ ਪੈਕਟ ਬਣਾਉਂਦਾ ਹੁੰਦਾ ਸੀ, ਦੋ ਕਿ ਇੱਕ ਪੈਕਟ ਦਾ ਸਵਾਦ ਨਹੀਂ ਲੱਗਦਾ ਸੀ, ਦੋ ਪੈਕਟ ਬਣਾਉਂਦਾ, ਦੋ 'ਚੋਂ ਅੱਧਾ ਤਾਂ ਮੁੱਦੇ ਚੱਪ ਕੇ ਖਾ ਜਾਂਦਾ ਸੀ, ਡੇਢ ਪੈਕਟ ਖਾਂਦਾ ਹੁੰਦਾ ਸੀ ਮੈਗੀ ਦਾ। ਪੁਰਾਣੀਆਂ ਗੱਲਾਂ ਯਾਰ, ਹੌਲੀ ਸਮਝ ਆਉਂਦੀ ਚੀਜ਼ਾਂ ਨਹੀਂ ਸਹੀ ਖਾਣ ਵਾਲੀ। ਤੂੰ ਐਂਜਲ ਦੀ ਭੈਣ ਗੱਲਾਂ ਵੇਖ, ਸਤਰੰਗਾ ਜਿਵੇਂ ਕੈਮਰੇ ਡੱਬੀ ਨਿਕਲਿਆ ਹੁੰਦਾ। ਮਿਰਚਾਂ ਵਾਲੇ 'ਚ ਮਿਰਚਾਂ ਪਾਣੀਆਂ, ਪੀਲੇ ਡੱਬੇ 'ਚ ਹਲਦੀ ਪਾਣੀ ਸੀ, ਪੀਲੇ ਡੱਬੇ 'ਚ ਮਸਾਲਾ ਪਾਈ ਖੜੀ ਹੈ। ਚੱਲ ਚੱਲ ਲਾਲ 'ਚ ਮਸਾਲਾ ਥੱਲੇ ਬਣਾਲਾ ਕੈਮਰਾਮੈਨ ਤਾਂ ਵਿਚਾਰੀ ਸਲਫ ਤੇ ਖੜੀ ਹੁੰਦੀ, ਉਹਨੂੰ ਆਏ ਅਗਰ ਤੇਲ ਧੁੱਲ ਬੜਕ ਮੇਰੇ ਮੂੰਹ ਤੇ ਨਾ ਹਾਜੇ। ਸਲਫ ਤੇ ਜਵਾਕ ਖੜਾ ਰੱਖਿਆ, ਪਤਾ ਨਹੀਂ ਖੜਾ ਰੱਖੀ ਜਵਾਕੜੀ। ਮੈਨੂੰ ਦੱਸੀ ਜਾਂਦਾ ਕੀ ਪੈਂਦਾ ਆਹ ਕਦੋਂ ਪਾਈ ਜਾਂਦਾ ਨੀ ਰਿਹਾ। ਓ ਮਾਈ ਗਾਡ, ਨੂਡਲਾਂ ਇਹ ਕੁੰਜਲਾਂ ਖਾਈ ਹੁੰਦੇ ਇੰਨੀ ਦੇ। ਚੱਲ ਪੈਕਟ ਇੱਕ ਪਾਇਆ ਮੈਗੀ ਦਾ, ਕੜਛੀ ਐਡੀ ਲੈ ਲਈ ਜਿਵੇਂ ਅੱਠ ਪੈਕਟ ਪਾਏ ਹੁੰਦੇ, ਐਂ ਲਾਉਂਦੀ ਹੈ ਮਾੜੀ ਕੜਛੀ, ਐਂ ਲਾਈ ਸਾਰੀ ਮੈਗੀ ਭੱਜੀ ਫਿਰਦੀ ਉਹਦੇ 'ਚ, ਜਿਵੇਂ ਵੱਡੇ ਸਾਰੇ ਡੱਬੇ 'ਚ ਚੂਹੇ ਨੂੰ ਐਂ ਹਿਲਾਉਂਦੇ ਹੋ, ਵੱਡਾ ਪਰੇ ਪਰ ਜਗ ਡਿੱਗਦਾ ਨਾ ਉਵੇਂ ਆਇਆ ਪਿਆ। ਮਾੜੀ ਜੀ ਕੜਛੀ ਮਾਰੀ ਮੈਗੀ, ਸਾਰਾ ਗੇੜਾ ਖਾ ਗਈ, ਐਡਾ ਬਾਟਾ ਧਰਤਾ। ਚੱਲ ਮੈਨੂੰ ਤਾਂ ਲੱਗਦਾ ਪਾਣੀ ਨਾ ਠੰਡੇ ਪਾਣੀ 'ਚ ਮਿਕਸ ਕਰੀ ਜਾਂਦੀ ਹੈ। ਚੱਲ ਹਲਾਈ ਕਿਉਂ ਜਾਂਦੀ ਹੈ ਇਹ, ਕੀ ਕੜਾ ਬਣੀ ਜਾਂਦਾ। ਚੱਲ ਨੀ ਤਾਂ ਮਾੜੀ ਹੈ ਫਿਰ ਤਾਂ ਤੇਰੀ। ਪਾਪੜ ਇਹਨੇ ਰਸੋਈ ਬੰਦ ਕਰਕੇ ਬਣਾਇਆ, ਪਰ ਮੈਗੀ ਖੋਲ੍ਹ ਕੇ ਬਣਾਈ ਜਾਂਦੇ ਕੰਮ। ਹਾਂ ਚੱਲ ਬਣਾ ਲਾ ਜਿਵੇਂ ਬੰਦੀ ਹੈ। ਪ੍ਰੀਤ ਜੱਟੀ ਗੰਦ ਕੁਕਿੰਗ ਵਲੌਗ ਨਾ ਆਵੇ ਤੇਰਾ, ਤੂੰ ਤਾਂ ਬੇੜਾ ਗਰਕ ਕਰ ਦੇਂਗੀ ਜਿਹੜੀਆਂ ਤੈਨੂੰ ਵੇਖ ਕੇ ਕੁੱਕ ਕਰਨਗੀਆਂ।
ਯਾਰ ਥੋੜਾ ਚੁੱਪ ਬੋਲ ਲਾ ਮਾਈ ਕਿ ਵੀ ਉਹ ਦੇਖ ਪਈ ਕਿ ਪੱਕਾ ਇਧਰ ਲਾਉਣਾ ਹੈ ਕਿਧਰ ਲਾਉਣਾ ਹੈ ਲੱਗੀ ਹੋ ਗਈ ਯਾਰ ਮੈਂ ਕੁੱਲਰ ਲਾ ਦੇ ਇਹਨੂੰ ਯਾਰ ਪਾਣੀ ਸੁੱਕ ਦੇ ਅੱਛਾ ਤੈਨੂੰ ਪਤਾ ਪਾਣੀ ਸੁੱਕ ਜਾਂਦਾ ਤੈਨੂੰ ਕਦੇ ਆਪਦਾ ਵਲੌਗ ਵੇਖ ਕੇ ਨਹੀਂ ਲੱਗਿਆ ਵੀ ਤੂੰ ਜਮਾਂ ਹੀ ਤੈਨੂੰ ਕੁਛ ਵੀ ਨਹੀਂ ਬਣਾਉਣਾ ਹੁੰਦਾ ਪਾਣੀ ਸਾਰਾ ਕੁਛ ਤਾਂ ਉਹ ਦੱਸੀ ਜਾਂਦਾ ਮੈਨੂੰ ਤਾਂ ਹੋਟਲ ਮੈਨੇਜਮੈਂਟ ਹੀ ਉਹਨੇ ਇਕੱਠੀ ਕੀਤੀ ਹੋਣੀ ਵਿਚਾਰੇ ਨੇ ਸੱਚ ਉਹ ਵੀ ਟੈਂਥ ਪਲੱਸ ਟੂ ਵਾਲਾ ਹੈਗਾ ਅਜੇ ਕਰਨੀ ਆਉਣੀ ਆ ਘੱਟ ਨਹੀਂ ਗੂੰਜਦੀ ਪਈ ਆ ਮੈਡਮ ਜੀ ਕੀ ਕਰਨਾ ਲੋਕਾਂ ਨੇ ਆਵਾਜ਼ ਸੁਣਨੀ ਨਹੀਂ ਤੁਹਾਡੀ ਲੋਕ ਤਾਂ ਤੈਨੂੰ ਵੇਖਣ ਤਾਂ ਆਉਂਦੇ ਆ ਮੈਗੀ ਬਣ ਗਈ ਇੱਕ ਕੜਛੀ ਭਰੂਗੀ ਸਾਰੀ ਇੱਕ ਕੜਛੀ ਤੇ ਚੜੇ ਆਉਣੀ ਹੈ ਅੰਨੀ ਨੇ ਤੈਨੂੰ ਪਲੇਟ ਦੀ ਲੋੜ ਵੀ ਨਹੀਂ ਕੜਛੀ ਤੇ ਧਰਕੇ ਖਾ ਲਈ ਵੱਡਾ ਕੜਛਾ ਪਾਇਆ ਮੈਗੀ ਚ ਓਏ ਧਿਆਨ ਨਾ ਇੱਕ ਥਾਂ ਹਾਂ ਲੋਹ ਹੋ ਗਈ ਮੈਗੀ ਰੈਡੀ ਬਸ ਕਰਦਾ ਬੰਦ ਤੈਨੂੰ ਕੁਛ ਵੀ ਨੀ ਪਤਾ ਇਹ ਤਾਂ ਬੋਗੀ ਹੈ ਇਹ ਵੀ ਬਾਬੇ ਦੀ ਭੈਣੀ ਹੈ ਭਰਾਵਾ ਸੱਚੀ ਤੇਰਾ ਤਾਂ ਬੇੜਾ ਗਰਕੀ ਆ ਪ੍ਰੀਤ ਜੱਟੀ ਇੱਕ ਤਾਂ ਪ੍ਰੀਤ ਪ੍ਰੀਤ ਨਾਮ ਤੋਂ ਮਿਣਖੇ ਜਾਣ ਲੱਗ ਗਏ ਪਤਾ ਨਹੀਂ ਕਿਉਂ ਉਹ ਪ੍ਰੀਤ ਲੈ ਕੇ ਬੈਠੀ ਇੱਕ ਆਹ ਪ੍ਰੀਤ ਆ ਗਈ ਹੁਣ ਚੱਲ ਪਾਪੜਾਂ ਦੇ ਉੱਤੇ ਪਾ ਲਾ ਇਹਨੂੰ ਉੱਨੀ ਹਾਏ ਕਿਵੇਂ ਖੁਰਚਦਾ ਬਾਟੀ ਨੂੰ ਅਰ ਕਰ ਕਰ ਅੰਨੀ ਦੇ ਨਾ ਈ ਕਮਾ ਚੱਲ ਬਸ ਉਹ ਇੱਕ ਪੈਕਟ ਬਣਾਇਆ ਕਿ ਅੱਧਾ ਮੈਨੂੰ ਲੱਗਦਾ ਅੱਧੀ ਦੇ ਖੜੇ ਖਾ ਗਏ ਹੋਣੇ ਆ ਰੈਡੀ ਪਾਪੜੇ ਹੋਏ ਰੈਡੀ ਬਾਜ ਦਾ ਨਜ਼ਾਰੇ ਖਾਣ ਲੱਗੇ ਖਾ ਗਏ ਕਿ ਕਿੱਦਾਂ ਦੇ ਤੁਹਾਨੂੰ ਦੱਸਦੀ ਆ ਮੈਂ ਪਾਪੜ ਟੇਸਟ ਕਰਕੇ ਕਿਵੇਂ ਦੇ ਬਣੇ ਆ ਮੈਂ ਮੈਗੀ ਟੇਸਟ ਕਰਕੇ ਦੱਸੂਗੀ ਕਿ ਕਿਵੇਂ ਦੀ ਬਣੀ ਆ ਚਲੋ ਆ ਜਾਓ ਇਸ਼ਾ ਦੇ ਸਕੂਲ ਮੈਂ ਕਿਹਾ ਮੈਗੀ ਬਹੁਤ ਵਾ ਬਣੀ ਆ ਚੁੰਨੀ ਵੇ ਸਿਰ ਤੇ ਲਈ ਰੋਟੀ ਸੱਦੀ ਹੁੰਦੀ ਜਿਵੇਂ ਘਰ ਲਈ ਬਣਾ ਕੇ ਲੈ ਲਓ ਜੀ ਰੋਟੀ ਖਾ ਲਓ ਕਰ ਲਾ ਉਹ ਸੌਂ ਖਾਧੀ ਗੱਲ ਟੇਸਟੀ ਆ ਪਹਿਲਾਂ ਤਾਂ ਮੈਨੂੰ ਦੱਸੋ ਕੈਮਰਾਮੈਨ ਕੌਣ ਆ ਘੂਸਾ ਜਿਹੜਾ ਖੜ ਕੇ ਵੀਡੀਓ ਬਣਾਈ ਜਾਂਦਾ ਉਹਨੂੰ ਥੱਲੇ ਉੱਤਰ ਜਾ ਬੈੱਡ ਤੋਂ ਇਹ ਕਿਹੜੇ ਸ਼ੋਟ ਆ ਜਿਹੜੇ ਉੱਤੋਂ ਦੀ ਲੈਣੇ ਪੈਂਦੇ ਆ ਕਿਹੜਾ ਸੁੱਖ ਸੰਘੇੜਾ ਵੇਖਿਆ ਤੁਸੀਂ ਪਤਾ ਨਹੀਂ ਕੀ ਹਿਸਾਬ ਹੈ ਪਾਪੜ ਟੇਸਟੀ ਆ ਸਾਲਾ ਤੇਲ 'ਚ ਤਲਣ ਨੂੰ ਵੀ ਤੁਸੀਂ ਟੇਸਟੀ ਚੀਜ਼ ਆਖ ਸਕਦੇ ਹੋ ਕੋਈ ਆਪਦੇ ਹੱਥੀਂ ਪਾਪੜ ਬਣਾਇਆ ਹੁੰਦਾ ਦੋ ਦਿਨ ਧੁੱਪੇ ਸੁਕਾਏ ਹੁੰਦੇ ਫਿਰ ਬਣਾਉਂਦੇ ਉਹਨੂੰ ਤਲ ਕੇ ਫਿਰ ਦੱਸਦੇ ਟੇਸਟੀ ਕਿ ਨਹੀਂ ਟੇਸਟੀ ਟੇਸਟੀ ਹੈ ਅੰਬਰਸਰ ਦੇ ਪਾਪੜ ਵੇ ਚਲ
ਮੇਰਾ ਛੋਟਾ ਹੈਗਾ, ਵੱਡਾ ਮੇਰਾ ਛੋਟਾ। ਭਰਾਵਾ ਤੈ ਹੀ ਮਾਰੀ ਇਹਨਾਂ ਪਾਪੜਾਂ ਨੂੰ, ਮਾੜੀ ਨੀਤ ਵਾਲਿਆਂ ਵਾਂਗੂ ਆਏ ਹਾਏ। ਆਹ ਕੀ ਕਰਦਾ ਇਹਨੂੰ, ਮਿਲਣੇ ਨੀ ਦੁਬਾਰਾ ਘਰ ਚ? ਅੱਛਾ ਤੇਰੇ ਤਾਂ ਵੱਡੇ ਪਾਪੜ, ਬਾਕੀ ਪਾਪੜ ਵੱਡੇ ਆ। ਆਰਾਮ ਨਾਲ ਹੀ ਖਾ ਤੂੰ, ਹੋਰ ਸੰਘ ਚ ਨਾ ਪਸਾਲੀ, ਹੋਰ ਕਿਤੇ ਕਾਂ ਲਿਆ ਕੇ ਥੱਲੇ ਡਿੱਗ ਪਏ। ਖਾ ਗਿਆ ਮੈਗੀ ਅੰਨੀ ਦਾ? ਅੰਨੀ ਦੇ ਚੌਲ ਨੀ ਖਾਧੇ, ਪਾਪੜ ਖਾਧੇ ਆ। ਪਾਪੜ ਵੀ ਮੂੰਹ ਤੇ ਲੱਗ ਜਾਂਦਾ ਪੁਰ ਕੇ। ਚੱਲ ਤੈਨੂੰ ਦੱਸਾਂ ਚਾਦਰ ਕਿੰਨਾ ਸਿੱਧੀ ਹੁੰਦੀ ਹੋਟਲ ਮੈਨੇਜਮੈਂਟ। ਜਿਹੜਾ ਵਿਚਾਰਾ ਆ, ਜਿਹੜੀ ਵਿਚਾਰੀ ਵੀਡੀਓ ਬਣਾਉਂਦੀ ਪਈ ਨੀ, ਉਹ ਕਰੀਂਦੀ ਨੀ ਆ। ਨਹੀਂ ਤਾਂ ਕਦੋਂ ਮੁੱਕ ਗਿਆ ਮੇਰੇ ਵਾਸਤੇ ਰੱਖ ਦਿਓ, ਮੈਗੀ ਤਾਂ ਇਕੱਲਾ ਹੀ ਖਾ ਗਿਆ। ਖਵਾ ਦਿਓ ਦੀਦੀ, ਸਾਰੇ ਜਾਂਦਾ ਗੰਦ ਖਾ ਕੇ, ਮੈਂ ਨਹੀਂ ਖਾ ਸਕਦੀ। ਦੇ ਉਹਨੂੰ ਕੁੰਡੇ ਵਾਲਾ ਕੱਪ। ਮੈਗੀ ਵੀ ਟੇਸਟੀ ਬਣੀ ਸੀਗੀ ਤੇ ਪਾਪੜ ਦਾ ਟੇਸਟ ਸਭ ਨੂੰ ਪਤਾ ਹੀ ਹੈ ਕਿ ਵਧੀਆ ਹੁੰਦਾ ਆ। ਤੇ ਇਹ ਸੀਗਾ ਹੁਣ ਆਪਣਾ ਛੋਟਾ ਜਿਹਾ ਵਲੌਗ। ਤੇ ਇਹ ਐਂ ਕਾਹਤੋਂ ਕਰਦਾ ਰਹਿੰਦਾ, ਇਹਦੀ ਕਿਹੜਾ ਮੁੱਛਾਂ 'ਤੇ ਘਿਓ ਚੜ੍ਹਦਾ, ਐਂ ਕਰੀ ਜਾਊਗਾ। ਅਸੀਂ ਵੀ ਕਰਦੇ ਹਾਂ ਐਂ, ਮਾੜਾ ਮੋਟਾ ਕਰ ਲਿਆ ਕਦੇ, ਚੱਲ ਐਂ ਹੱਥ ਮਾਰ ਲਿਆ ਪਰ ਇੰਨੀ ਦਾ ਪਤਾ ਨਹੀਂ ਕਿਹੜਾ ਪਾਪੜ ਖਾਂਦਾ, ਸਾਰਾ ਲਿਬੜੇ ਹੁੰਦਾ ਮੂੰਹ ਇਹਦਾ। ਹਾਂ ਕੋਸ਼ਿਸ਼ ਕਰਾਂਗੇ ਕਿ ਡੇਲੀ ਡੇਲੀ ਆਪਾਂ ਵਲੌਗਸ ਲੈ ਕੇ ਆਈਏ, ਖਾਣ ਪੀਣ ਵਾਲੇ ਜਾਂ ਕਿਸ ਤਰ੍ਹਾਂ। ਓ ਬਖਸ਼ ਦੇ, ਬਸ ਇਹ ਤੁਹਾਡੇ ਪਿਆਰ। ਖਾਣ ਪੀਣ ਵਾਲਾ ਸੀ ਇਹ, ਇਹਨਾਂ ਤਾਂ ਮੱਝਾਂ ਨਹੀਂ ਮੂੰਹ ਮਾਰਦੀ ਜਿੰਨਾ ਪਾਪੜਾਂ ਨੂੰ ਡਹਿ ਪਿਆ ਇਹ, ਐਂ ਤੋੜ ਤੋੜ ਕੇ ਤੈਅ ਮਾਰ ਕੇ ਪਰਤਾ ਬਣਾ ਕੇ ਖਾਈ ਜਾਂਦਾ ਅੰਨੀ ਦਾ। ਬਿੰਗੋ ਚਿਪਸ ਵਾਲੇ ਕੋਈ ਐਡ ਨਹੀਂ ਦਿੰਦੇ ਤੈਨੂੰ ਇੱਦਾਂ। ਸਾਰੇ ਸਪੋਰਟ ਕਰਿਓ ਐਂਡ ਸ਼ੇਅਰ ਕਰਿਓ, ਧੰਨਵਾਦ। ਸਪਾਰੇ ਸਪੋਰਟ ਕਰਿਓ ਤੇ ਸ਼ੇਅਰ ਕਰਿਓ, ਪਾਪੜ ਅਡਕਾਰ ਆਇਆ। ਕੀ ਸਪੋਰਟ ਕਰੀਏ, ਅੱਗੇ ਤੈਨੂੰ ਸਪੋਰਟ ਕੀਤੀ ਤੁਸੀਂ, ਫਿਰ ਕਹਿੰਦੇ ਸਾਡੀ ਵੀਡੀਓ ਨਾ ਸ਼ੇਅਰ ਕਰੋ। ਧੰਨਵਾਦ ਸਰ, ਥੈਂਕ ਯੂ, ਥੈਂਕ ਯੂ, ਥੈਂਕਸ ਫੋਰ ਵਾਚਿੰਗ। ਹਾਂ ਕਿ ਗੈਸ ਚੱਲਦਾ ਹੀ ਰਹਿ ਗਿਆ ਐਂਡ 'ਤੇ ਨਹੀਂ ਦਿਆ। ਚੱਲ ਬਾਏ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਇੰਸਟਾ ਸਨੈਪਚੈਟ 'ਤੇ ਫੋਲੋ ਕਰ ਲਿਓ, ਆਪਣੇ ਰੋਮਾਂਚਿਕ ਵੇਖਦੇ ਭਾਈ ਅੱਗੇ ਇੰਜੋਏ ਕਰੋ। ਸੋਰੀ ਯਾਰ ਭੁੱਲ ਜਾਂਦਾ ਭਰਾਵੋ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਰੋਮਾਂਚਿਕ ਵੇਖਦੇ। ਕਮੈਂਟ ਵੀ ਪੜਿਆ ਕਰਾਂ, ਕਮੈਂਟ ਕੜਿਆ ਕਰੋ, ਹੁਣ ਕਮੈਂਟ ਪੜਿਆ ਕਰਨੇ ਆ ਆਪਾਂ। ਪਾਪੜ ਪ੍ਰੀਤ ਨਾ ਆਵੇ ਤਾਂ ਪਾਪੜ ਖਾ ਲਓ। ਪ੍ਰੀਤ ਜੱਟੀ ਬਾਕੀ ਜੱਟੀ ਹੈ, ਕਿਚਨ ਚੈਨਲ ਖੋਲੀ ਖੜੀ ਹੈ। ਅੱਗ ਲਾਏਗੀ ਰਸੋਈ ਨੂੰ, ਰਹਿਣ ਦੇ ਤੂੰ, ਫਾਇਰ ਬ੍ਰਿਗੇਡ ਵੀ ਲੇਟ ਆਉਂਦੀ ਹੈ ਪੰਜਾਬ 'ਚ ਤਾਂ। ਉਹ ਤਾਂ ਦੱਬੀ ਜਾਂਦਾ, ਉਹ ਦੀਪ ਮਥਾੜਾ ਤਾਂ ਛੱਡਦਾ ਹੀ ਕੋਈ ਨਹੀਂ ਆਪਦੇ ਜਵਾਕ ਨੂੰ, ਜਿੱਥੇ ਕਰੇ। ਹਾਂ ਹਰ ਗੁਣ ਆ ਗਈ, ਹਰ ਗੁਣ ਚੱਲੀ ਆ, ਦੇਖੀ 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 ਸੰਦੀਪ, ਮੰਮੀ ਦੇਖੀ, ਪਾਪਾ ਦੇਖੀ, ਕਿਵੇਂ ਕਰਦੀ ਇੱਥੇ ਮਿੰਕਾ ਗਲਤ ਆ। ਅੰਨੀ ਦਾ ਬੋਤਲਾਂ ਚ ਲਾਈ ਜਾਂਦਾ ਦਾਰੂ ਪੱਕਾ ਚਪੇੜੇ ਪਾਉਂਦੀ ਬੰਦੇ ਨੇ, ਮੈਂ ਇੱਕ ਚੀਜ਼ ਨੋਟ ਕੀਤੀ, ਦਾਰੂ ਨਹੀਂ ਕੀਤੀ ਜਾਂ ਗਲਤੀ ਬੰਦੇ ਦੇ ਪੱਕਾ ਚਪੇੜੇ ਪਾਉਂਦੀ ਆ, ਸ਼ਿਓਰਟੀ ਹੈ ਜਾਂ ਪੁੱਠੇ ਤੇ ਕਾਰੇ ਕਰਾਉਣੀ ਹੈ ਚਪੜੇ ਪਵਾ ਦਿੰਦੀ। ਕਹਿੰਦਾ ਰਾਜੀਨਾਮਾ ਆ ਗਿਆ, ਅੰਨੀ ਤਾਂ ਬੇਜਾਈ ਕਰਾਈ, ਨਿੜ ਜਿਹੜੀ ਉਹ ਚੰਗਾ ਭਲਾ ਬੰਦਾ ਸੀ ਬਿਨਾਂ ਗਲਤੀ, ਦਾਰੂ ਨੇ ਤੇ ਇੱਕ ਕਲੱਬਾਂ ਵਾਲੀ ਵਿਹੜੀ ਨੂੰ ਡੋਬ ਕੇ ਰੱਖਤਾ। ਚਲੋ ਆਓ ਚੱਲੀਏ ਮਾਨੀ ਦਾ, ਵੇਖੀ ਕੀ ਕਹਿੰਦੀ ਹੈ। ਡਾਇਮੰਡ ਫੈਕਟਰੀ ਆਫ ਸੂਰਤ, ਓ ਮਾਈ ਗੋਡ।